ਸਾਡੀ ਇੱਕ ਫੋਟੋ ਤੇ ਲਾ ਦੇ ਹਾਂ ਕਿੱਥੇ ਟੰਗੀ ਆ ਟੰਗੀ ਨਹੀਂ ਟੰਗੀ ਨਹੀਂ ਆ ਮਾਮਾ ਮੈਂ ਖੰਬੇ ਤੇ ਲਾ ਕੇ ਵੇਚਣ ਨੇ ਲਾਣ ਲੱਗਾ ਜੀ ਮੈਨੂੰ ਕੀ ਪਤਾ ਹੁਣ ਅਸਲ 'ਚ ਮੇਰੀ ਦੋਸਤ ਆਈ ਹੈ ਰੇਸ਼ਮਾ ਰੇਸ਼ਮਾ ਹਾਂ ਬੁੱਢੀ ਔਰਤ ਲੰਬੀ ਜੁਦਾਈ ਓਏ ਉਹ ਨਹੀਂ ਹੋਏ ਐਡਾ ਟੇਸਟ ਵਾਲਾ ਤੂੰ ਕੀ ਹੋਇਆ ਨਵੀਂ ਹੈ ਰੇਸ਼ਮਾ ਟੂ ਤੇਰੀ ਜ਼ਾਤ ਤੇ ਥੂ ਉਹ ਬਸ਼ਰਮਾ ਬਜਰੀ ਖਾਨਾ ਤੂੰ ਹੈ ਕੀ ਹੋਇਆ ਆਖਰੀ ਬੱਚੀ ਸਾਰਾ ਪੈ ਗਿਆ ਅੱਛਾ ਜੀ ਇਹ ਲੈ ਫੜ ਕੈਮਰਾ ਇਹ ਫੜ ਇਹ ਫੜ ਅੱਛਾ ਜੀ ਮੈਂ ਤੈਨੂੰ ਸਾਹਮਣੇ ਜਾ ਕਵਾਂ ਨਾ ਕਿ ਰੈਡੀ ਤੈਨੂੰ ਨਜ਼ਰ ਆਉਂਦਾ ਤੈਨੂੰ ਮਾਮਾ ਵਿੱਚ ਅੱਖਾਂ ਲਾਉਣ ਡੇ ਯਾਰ ਬੰਦਾ ਸ਼ੌਂਕ ਵੀ ਨਾ ਪੂਰੇ ਗਏ ਇਹਦੇ ਤੇ ਕਰਨੇ ਸਾਰੇ ਪੂਰੇ ਐਸਨ ਵੀ ਤਾਂ ਇਹਦੇ ਤੇ ਕਰਦਾ ਸਾਰੇ ਜਦੋਂ ਮੈਂ ਸਾਹਮਣੇ ਜਾਵਾਂਗਾ ਨਾ ਆਪਣਾ ਐਸਨ ਸਾਹਿਬ ਹਾਂਜੀ ਜਦੋਂ ਮੈਂ ਸਾਹਮਣੇ ਜਾਵਾਂ ਤੁਸੀਂ ਇਹਦੇ ਤੇ ਬਟਨ ਤੇ ਨਾ ਉਂਗਲੀ ਰੱਖੋ ਕਿਹੜੇ ਤੇ ਇਹ ਬਟਨ ਤੇ ਇਹ ਗੋਲ ਜਿਹਾ ਜਿਹੜਾ ਇਹਦੇ ਤੇ ਆਹੋ ਓਏ ਤਨੀਸ਼ ਕਰ ਆ ਗੋਲ ਵਾਲਾ ਹੈ ਹੀ ਨਾ ਐਸਨ ਮਾਰਾਂਗਾ ਤੁਹਾਨੂੰ ਅੱਛਾ ਜੀ ਆ ਗੋਲ ਬਟਨ ਤੇ ਆ ਸਕਣੇ ਇਹ ਜਦੋਂ ਮੈਂ ਸਾਹਮਣੇ ਜਾ ਕੇ ਨਾ ਰੈਡੀ ਹਾਂਜੀ ਤੂੰ ਬਟਨ ਦਬਾ ਦੇਣਾ ਆ ਗੋਲ ਵਾਲੇ ਨੂੰ ਦਬਾ ਦੇਣਾ ਆਹੋ ਅੱਛਾ ਜੀ ਤੇ ਤੂੰ ਜਦੋਂ ਰੈਡੀ ਕਹੇਗਾ ਆਹੋ ਲੈ ਕਿਧਰ ਗਿਆ ਅੱਛਾ ਗੱਲ ਸੁਣੀ ਯਾਰ ਹਾਂ ਇਹ ਦੋਵਾਂ ਦੀ ਇਕੱਠੀ ਤਸਵੀਰਾਂ ਨੇ ਇਕੱਠੇ ਯਾਰ ਮੇਰੇ ਕੋਲ ਕੋਈ ਚੰਗੀਆਂ ਤਸਵੀਰਾਂ ਬਣਵਾਈ ਹਾਂ ਮੁੜ ਕੇ ਵੀਨਾ ਮਲਕ ਵਾਲੀ ਨਾ ਬਣਵਾ ਲਈ ਮੇਰੇ ਕੋਲ ਵੀਨਾ ਮਲਕ ਨੇ ਜਾਨੀ ਜਿਹੜਾ ਆਪ ਬਣਵਾਈਆਂ ਨੇ ਕਿਉਂ ਅਸਲ 'ਚ ਵੀਨਾ ਨੇ ਤਸਵੀਰਾਂ ਬਣਵਾਉਣੀਆਂ ਨਹੀਂ ਸੀ ਕਿਉਂ ਉਹਨੇ ਇਮਰਾਨ ਖਾਨ ਦੀ ਤਕਰੀਰ ਸੁਣ ਲਈ ਸੀ ਕੀ ਆਪਣੇ ਅਸਾਸੇ ਸ਼ੋਅ ਕਰੋ ਲਓ ਜੀ ਜਨਾਬ ਖਿੱਚਦੇ ਯਾਰ ਖੈਰ ਯਾਰ ਮਜ਼ੇ ਤੇ ਲੈਣ ਦੇ ਮਜ਼ੇ ਮਾਮਾ ਨਜ਼ਰ ਆਣ ਦੇ ਤੈਨੂੰ ਟੱਕਾ ਲੈ ਟੱਕਾ ਆ ਗਈ ਨਾਲ ਹੀ ਆ ਗਈ ਹੈ ਅੱਛਾ ਬਾਅਦ 'ਚ ਆਉਂਦੀ ਹੈ ਯਾਰ ਵੈਸੇ ਇਹ ਜਿਹੜੀ ਤੇਰੀ ਆਪਣੀ ਦੋਸਤ ਹੈ ਨਾ ਇਹਦਾ ਨਾਮ ਮੈਨੂੰ ਪਸੰਦ ਨਹੀਂ ਅੱਛਾ ਇਹਦਾ ਨਾਮ ਹੋਣਾ ਚਾਹੀਦਾ ਬਿੱਲੇ ਬਿੱਲੇ ਕਿਉਂ ਮੇਰੀ ਮਸ਼ੂਕ ਦਾ ਨਾਮ ਸੀ ਹਾਂ ਇਹਦੀ ਮਸ਼ੂਕ ਸੀ ਬਿੱਲੇ ਹਾਂਜੀ ਇੱਕ ਬੰਦਾ ਬੋਰੀ 'ਚ ਪਾ ਕੇ ਉਹਨੂੰ ਸ਼ੇਖਪੁਰੇ ਛੱਡ ਆਇਆ ਬਿੱਲੇ ਸੀ ਬਿੱਲੀ ਨਹੀਂ ਸੀ ਅੱਛਾ ਠੀਕ ਹੈ ਨਾ ਠੀਕ ਹੈ ਬਿੱਲੇ ਜੀ ਚੱਲ ਤੈਨੂੰ ਬਿੱਲੇ ਕਵੇ ਤੇ ਇਤਰਾਜ਼ ਨਾ ਕਰੀ ਕੋਈ ਅੱਛਾ ਬਿੱਲੇ ਜੀ ਹਾਂਜੀ ਓਏ ਹੋਏ ਇੰਨਾ ਰਿਸਪੌਂਸ ਬਿੱਲੇ ਜੀ ਹਾਂਜੀ ਬਿੱਲੇ ਕੁੱਤੇ ਵਗੈਰਾ ਤਾਂ ਆਦਮੀ ਦਾ ਨੱਕ ਤੇਜ਼ ਹੈ ਉਹਦੇ ਨਾਲ ਅੰਨੀ ਦੇ ਪਾਵੇ ਖਾਦੇ ਨਹੀਂ ਤੈਨੂੰ ਕਿਵੇਂ ਪਤਾ ਲੱਗਾ ਮੈਂ ਪਾਵੇ ਖਾਦੇ ਚੁੰਮੀ ਨਾਲ ਜੋੜੀ ਗਈ ਸੀ ਬਿਲਕੁਲ ਪਟਕ ਕਰਕੇ ਬਾਹਰ ਬੇਟਾ ਟੈਕਨੀਕਲ ਨਾ ਬਾਣਾ ਅੱਛਾ ਆਪਣਾ ਇੱਕ ਤਸਵੀਰ ਤੇ ਬਣਾ ਦੇਣਾ ਨਾਲ ਕਿਹਦੇ ਨਾਲ ਬਿੱਲੇ ਜੀ ਨਾਲ ਅੱਛਾ ਬਣਵਾ ਲੈ ਆਹ ਜ਼ਰਾ ਯਾਦਗਾਰ ਤਸਵੀਰ ਹੋਣੀ ਚਾਹੀਦੀ ਹੈ ਜ਼ਰਾ ਲੰਮਿਆਂ ਪੈ ਕੇ ਬਣਵਾ ਲਈਏ ਨਹੀਂ ਇੰਨੀ ਇੰਨੀ ਇੰਨਾ ਲੰਮਾ ਇੰਨਾ ਬੈਠ ਰੇਸ਼ਮਾ ਜੀ ਤੁਸੀਂ ਜ਼ਰਾ ਨਾਲ ਖੜੇ ਹੋ ਜਾਓ ਹਾਂਜੀ ਅੱਛਾ ਜ਼ਰਾ ਇਹ ਪੂਰਾ ਇਹ ਜੁੜ ਕੇ ਹਾਏ ਹਾਏ ਅੱਜ ਤਾਂ ਜੋੜੀ ਕਮਾਲ ਦੀ ਲੱਗ ਰਹੀ ਹੈ ਬਸ ਇਹ ਅੱਲਾ ਦੀ ਦੇਣ ਯਾਰ ਹਾਂਜੀ ਕੀ ਬਾਤ ਖਿੱਚੋ ਜੀ ਖਿੱਚੋ ਜਨਾਬ ਫਟਾਫਟ ਜਾ ਕੇ ਰੀਲ ਤੋਂ ਲੈ ਆਪਣੀ ਮੇਡਾ ਵਿੱਚ ਯਾਰ ਅਮਜਦ ਹਾਂ ਮੇਰੀ ਵਾਰੀ ਕੈਮਰਾ ਜ਼ਰਾ ਸਖਤ ਵੱਜਾ ਤੇਰੀ ਤਸਵੀਰ ਵੀ ਤਾਂ ਵੱਡੀ ਸੀ ਨਾ ਆਓ ਮੇਰੇ ਨਾਲ ਉਸਤਾਦ ਜੀ ਮੈਂ ਇਹ ਤਸਵੀਰਾਂ ਤੋਂ ਆ ਗਿਆ ਨਾ ਹੁਣੇ ਸੁੱਕਣੇ ਪਾ ਦੇਣਾ ਪੱਕਾ ਕੋਈ ਹੈ ਉਹ ਕੀ ਹਾਲ ਹੈ ਉਹ ਠੀਕ ਹੋ ਲੱਗ ਪਤੇ ਜਾਣਗੇ ਅੱਜ ਅਸੀਂ ਰਵਾਂਗੇ ਜਾਂ ਇਹ ਰਹਿਣਗੇ ਉਹ ਕਿੱਥੇ ਮਰ ਗਏ ਸਾਰੇ ਛੱਪੜੂ ਕਰਾਇਆ ਲੈ ਛੱਪੜੂ ਕੀ ਹੋਇਆ ਜੀ ਦਾ ਸਮਾਂ ਕੀ ਕਰਨਾ ਹੈ ਇਹਨਾਂ ਸਭ ਕੋਲੋਂ ਕਿਰਾਇਆ ਲੈ ਇਹਨਾਂ ਨੇ ਕੀ ਤਮਾਸ਼ਾ ਲਾਇਆ ਕਿਰਾਇਆ ਹੀ ਨਹੀਂ ਦਿੰਦੇ ਉਹ ਬਿੱਲੋ ਆ ਗਈ ਨਾ ਹੁਣ ਸਾਰੇ ਕਿਰਾਏ ਵਸੂਲ ਕਰ ਲਈ ਇਹ ਕੋ ਹੈ ਬਿੱਲੋ ਕੰਨ ਟੁੱਟੀ ਤੇਰੇ ਕੰਨ ਤੇ ਦੋਵੇਂ ਠੀਕ ਨੇ ਆਰਾਮ ਨਾਲ ਬੈਠ ਨਿੱਕਾ ਜਿਹਾ ਨਿੱਕਾ ਜਿਹਾ ਨਹੀਂ ਮੈਂ ਵਿੱਚੂ ਪੂਰਾ ਹੀ ਦੱਸ ਪਹਿਲੇ ਕਿੱਥੇ ਜਾਣਾ ਹੈ ਬਿੱਲੋ ਪਹਿਲੇ ਵਾਲੇ ਘਰ ਵਾਲੇ ਕੋਲ ਉਹ ਕਿਰਾਇਆ ਸਭ ਨੇ ਕਿਰਾਇਆ ਜਮਾਇਆ ਹੋਇਆ ਨਾ ਬਾਹਰ ਨਿਕਲ ਓਏ ਓਏ ਵੀ ਨਾ ਕੜਕਾਈ ਜਾ ਮੈਂ ਘਰ ਹੀ ਨਹੀਂ ਹੈਗਾ ਓਏ ਹੈਲੋ ਹੈਲੋ ਫੋਨ ਤੇ ਗੱਲ ਹੋਣ ਡਈ ਆਰਾਮ ਨਾਲ ਆਰਾਮ ਨਾਲ ਕਾਲੀ ਸੱਟਾਂ ਲੱਗੀਆਂ ਤੈਨੂੰ ਹੋਰ ਰੰਗਬਾਜ਼ੀ ਨਹੀਂ ਕਰਨੀ ਹੋਰ ਕਿਹੜੀ ਬਾਜ਼ੀ ਕਰਨੀ ਹੈ ਜਾਣਦਾ ਨਹੀਂ ਤੂੰ ਮੈਨੂੰ ਕੌਣ ਹੈ ਤੇ ਸ਼ਨਾਖਤੀ ਕਾਰਡ ਹੈ ਤੂੰ ਓ ਬਿੱਲੋ ਕੰਨ ਟੁੱਟੀ ਨਾ ਬਿੱਲੋ ਸਹੀ ਨਾ ਕੰਨ ਟੁੱਟੀ ਸਹੀ ਨਾ ਤੇ ਕੋਈ ਔਰਤਾਂ ਨਾਲ ਰੱਖ ਤੇ ਹੋਰ ਸ਼ੀਦਾ ਧੁਰਾ ਰੱਖ ਲਾਂ ਇਹ ਨਾਂ ਤੇ ਨਹੀਂ ਰੱਖਿਆ ਜਾਣਾ ਸ਼ੀਦਾ ਧੁਰਾ ਹੀ ਰੱਖ ਲੈ ਓਏ ਵੱਟ ਕੇ ਰੱਖ ਦਿਆਂਗੀ ਨਾ ਤੇਰੇ ਕੰਮ ਨਾ ਸਾਡੇ ਕੰਮ ਰੰਗਬਾਜ਼ੀ ਨਹੀਂ ਕਰਨੀ ਰੰਗਬਾਜ਼ੀ ਨਹੀਂ ਓਏ ਇਜ਼ੀ ਨਾ ਲੈ ਬੱਚਾ ਆਰਾਮ ਨਾਲ ਬੈਠ ਬੁੱਲੜਾ ਏ ਲੈਣ ਕਰਾਇਆ ਹੀ ਤੇ ਧਿਆਨ ਤੇਰਾ ਬੁੱਲਾਂ 'ਚ ਫਸਿਆ ਹੀ ਚੱਲ ਕਰਾਇਆ ਲੈਣਾ ਹੀ ਚਸਕੇ ਲੈਣਾ ਹੀ ਹੈ
ਮਜ਼ਾਕ ਛੱਡ ਤੇ ਕਿਰਾਇਆ ਕੱਢ। ਇਹ ਕਿਹੜਾ ਕਿਰਾਇਆ ਵੇ? ਚੱਲ ਕਿਰਾਇਆ ਕੱਢ, ਅੱਗੇ ਆਣਾ। 34 ਨੰਬਰ ਚਲਾਉਣ ਦੇ। ਚੱਲ ਕਿਰਾਇਆ ਕੱਢ। ਆ ਚੱਲ ਜਰਾ ਗੱਲ ਨਾ ਕਰ। ਕਿਰਾਇਆ ਕੱਢ। ਲੋ ਭੈਣ, ਲੋ 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 ਆ ਜਾ, ਆ ਨਾ ਅਗਲੇ ਮਹੀਨੇ ਦਾ ਵੀ ਲੈ ਜਾ। ਆ ਜਾ ਵੱਢ ਕੇ ਰੱਖ ਦਿਆਂਗੀ, ਮੈਂ ਸੁੱਤਾ ਪਿਆ। ਚੱਲ ਚੱਲ ਤੂੰ ਛੇਤੀ, ਪਹਿਲਾਂ ਫੜ 1000 1000 2000 2000 500 ਨਾ ਸਬਰ ਕਰ, ਛੇਤੀ ਕਰ, ਟਾਈਮ ਕੋਈ ਨਹੀਂ। ਦਵਾਈ ਖਾਣੀ ਜਾ ਕੇ? ਨਹੀਂ, ਅਸਰ ਮੁੱਕ ਜਾਣਾ। ਰੰਗਬਾਜ਼ੀ ਨਾ ਕਰ ਬਿੱਲੋ। ਹਾਂ ਲਿਆ, ਇਹਦੇ ਕੋਲੋਂ ਲੈ ਲਿਆ, ਲੈ ਲਿਆ, ਘਰ ਵਾਲੇ ਕੋਲ ਲਵੋ। ਠੀਕ ਹੈ, ਲਿਆ ਕਰਾਇਆ ਲਿਆ। ਓ ਚੂਆ, ਤੂੰ ਰਾਜਾ ਰਿਤਿਕ ਰੋਸ਼ਨ? ਮੇਰਾ ਮੂਡ ਨਹੀਂ। ਵੱਡਿਆ ਸ਼ਤਰੂ ਗੈਂਗ ਸਾਨਾ, ਮੈਨੂੰ ਕਿਸ ਵਾਸਤੇ ਬੁਲਾਇਆ? ਕਰਾਇਆ ਤੂੰ ਕੀ ਕਰਾਇਆ? ਮੇਰੀ ਗੱਲ ਤੇ ਸੁਣ ਲੈ। ਮੈਂ ਕਹਿਣ ਲੱਗਾ ਵੀ ਤੂੰ ਕੀ ਕਰਾਇਆ ਕਰਾਇਆ ਕਰਾਇਆ, ਵੀ ਅਸੀਂ ਜਿਵੇਂ ਕਿਰਾਇਆ ਨਹੀਂ ਦਿੰਦੇ। ਵੱਟ ਕੇ ਰੱਖ ਦਿਆਂਗੀ, ਮੈਂ ਹੋਰ ਲਵਾ ਲਾਂਗਾ। ਅਗਲਾ ਤੇਰੇ ਵਾਂਗੂ ਬਾਹਾਂ ਤੇ ਨਹੀਂ ਲਵਾਉਂਦਾ। ਵੱਟ ਕੇ ਰੱਖ ਦਿਆਂਗੀ, ਅਗਲੀ ਗੱਲ ਤੈਨੂੰ ਪਤਾ। ਵਸੂਲੀ ਹੋ ਗਈ ਹੈ, ਹੁਣ ਦੱਸ ਹੋਰ ਕੀ ਕਰਨਾ? ਲੈ ਲੈ ਇਹਦੇ ਕੋਲੋਂ ਵੀ, ਲੈ ਲੈ, ਲੈ ਲੈ ਘਰ ਵਾਲੇ ਕੋਲੋਂ ਲਵੋ, ਫੇਰ ਉੱਧਰ ਜਾਣਾ। ਮਾਂ ਕੀ ਕਰਨਾ ਨੀ, ਇੰਨੇ ਪੈਸੇ ਸਾਨੂੰ ਦੇ ਮਰ। ਬਸ ਬਾਹਰ ਆ, ਤੂੰ ਅੰਦਰ ਆ ਗਿਆ, ਔਰ ਕਿਰਾਇਆ ਫਿਰ ਪਿਆ ਕੀ ਹੈ? ਕਿਰਾਇਆ ਕਿਰਾਇਆ ਮਕਾਨ ਦਾ? ਮੈਂ ਤਾਂ ਮਕਾਨ ਵੇਖਿਆ ਹੀ ਨਹੀਂ। ਕੱਲ ਵੀ ਪਹਾੜੀ ਲਾ ਕੇ ਜਾਂਦਾ ਫਿਰ ਤੂੰ ਮਾਮਾ? ਸ਼ਰਮਿੰਦੀ ਹੋ ਗਈ। ਹੱਟ ਜਾ ਤੂੰ, ਮੇਰੇ ਬੜੇ ਸ਼ੀਸ਼ੇ ਲੱਗੇ ਉਹਨੇ ਪਿੱਛੋਂ ਵੇਖਾ। ਆਰਾਮ ਨਾ ਬਹਿ ਜਾ,
ਤੁਸੀਂ ਵੱਢ ਕੇ ਰੱਖ ਦਿਆਂਗੇ ਯਾ ਮਾਂ ਸਾਨ ਛੁੱਟੀ ਦੇ ਨਹੀਂ ਨਹੀਂ ਹਲੇ ਛੁੱਟੀ ਨਹੀਂ ਕਿਉਂ ਇਹਲੇ ਘਰ ਵਾਲੇ ਕੋ ਲਵਾ ਕਿਰਾਇਆ ਪੂਰੇ 4 ਮਹੀਨੇ ਦਾ ਕਿਰਾਇਆ ਦੇ ਕੋ ਲੈਣਾ ਹੈ ਅੱਛਾ ਹਰ ਵਾਰੀ ਡਰਾਮੇ ਕਰਦਾ ਆ ਫਾਰੇ ਆਪਣੀਆਂ ਜੁੱਤੀ ਫਾਰੇ ਨਾ ਜਵਰਾ ਕਿਹੜਾ ਮਨ ਕਾਰੋਬਾਰ ਸ਼ੁਰੂ ਕਰਾ ਕੇ ਦਿੱਤਾ ਸਾਰੇ ਕੱਲੇ ਕੱਲੇ ਪੈਰ ਨੇ ਕੀ ਜੋੜਾ ਸੀ ਉਹ ਗਾਹ ਕੇ ਕਹਿੰਦਾ ਲੜਾਈ ਹੋਈ ਇੱਕ ਤੋਂ ਟੋਲ ਗਿਆ ਇੱਕ ਗਲਤੀ ਨਾਲ ਮੈਂ ਪਿੱਛੋਂ ਮਾਰਦਾ ਆ ਬਾਕੀ ਕੱਲਾ ਕੱਲਾ ਪੈਰ ਬਾਕੀ ਸਾਰੇ ਕੱਲੇ ਕੱਲੇ ਮੈਂ ਚਾਹਨਾ ਤੇਰੀ ਦੁਕਾਨ ਖਾਲੀ ਖਾਲੀ ਨਾ ਲੱਗੇ ਯਾਨੀ ਕਿ ਵਿਕਣ ਨਾ ਓਏ ਓਏ ਵਨ ਵਨ ਟੂ ਟੂ ਮੰਗਾਓ ਬੇਟਾ ਕਿਰਾਇਆ ਦੇਣਾ ਹੀ ਪੈਣਾ ਕੀ ਕਰਨਾ ਹੀ ਇੰਨੇ ਬੜੇ ਜਾਣਦਾ ਨੀ ਤੂੰ ਮੈਨੂੰ ਕੀ ਪੈਸੇ ਕੱਟ ਛੱਡੋ ਜ਼ਰਾ ਛੇਤੀ ਕਰ ਆ ਲੜਨੇ ਫਿਰ ਆ ਫਿਰ ਆ ਆ ਆ ਆ ਆ ਕਿਰਾਇਆ ਦੇ ਇਸ ਤਰ੍ਹਾਂ ਹੋਰ ਵੱਧ ਜਾਣਾ ਹੀ ਮੈਨੂੰ ਮਾਫ ਕਰ ਦੇ ਕਿਰਾਇਆ ਕੱਢ ਇਹ ਮੇਰੇ ਹੱਥ ਸਲਿਪ ਹੋ ਰਹੇ ਨੇ ਜਾਂ ਇਹ ਥੱਲੇ ਆ ਰਿਹਾ ਮੈਂ ਜਿਵੇਂ ਹੀ ਆਪਣੀ ਦੁਕਾਨ ਨੂੰ ਸ਼ਟਰ ਨੂੰ ਗੰਢ ਮਾਰੀ ਹੈ ਤੇਜ ਕਰਕੇ ਲਕਸ਼ਮੀ ਚੌਂਕ ਚ ਪਹੁੰਚਿਆ ਤੇ ਕੋਲੋਂ ਮੇਰੇ ਮੋਟਰਸਾਈਕਲ ਤੇ ਦੋ ਮੁੰਡੇ ਲੰਘੇ ਨੇ ਤੂੰ ਜਾ ਕੇ ਸਾਹਮਣੇ ਫੱਟੇ ਚ ਵੱਜੇ ਨੇ ਸੁਣੋ ਮੇਰੇ ਵਾਕਿਆ ਸੁਣੋ ਤੋ ਦੋਵੇਂ ਮੁੰਡੇ ਥੱਲੇ ਡਿੱਗ ਪਏ ਯੈਸ ਇੱਕ ਦਾ ਸਿਰ ਫਟ ਗਿਆ ਯੈਸ ਦੂਸਰੇ ਦੀ ਲੱਤ ਪਈਏ ਜਾ ਗਈ ਯੈਸ ਖੂਨ ਬਹੁਤ ਨਿਕਲਿਆ ਬਹੁਤ ਗਿਆ ਤੈਨੂੰ ਤਰਸ ਆ ਗਿਆ ਤੂੰ ਚੁੱਕ ਕੇ ਸੱਤਾਂ ਲੈ ਤੇਰੇ ਪੈਸੇ ਲੱਗ ਗਏ ਕੰਜਰਾ ਵਾਕਿਆ ਹੀ ਬਦਲ ਲੈ ਹਰ ਮਹੀਨੇ ਹੋਈ ਅੰਮਾ ਜੀ ਜੀ ਤੇਰੇ ਵਰਗੀਆਂ ਮਾਈਆਂ ਸਟਾਰ ਪਲੱਸ ਦੇ ਡਰਾਮੇ 'ਚ ਜਵਾਈ ਨਾਲ ਫਸੀਆਂ ਹੁੰਦੀਆਂ ਆਇਆ ਦੇਖ ਲੈ ਨਾ ਕਰ ਅੰਮਾ ਜੀ ਲੱਤੇ ਕਿ ਬਿਲੀਅਰ ਦਾ ਪਾਵਾ ਮੈਂ ਕੀ ਤੁਹਾਨੂੰ ਦੱਸਾਂ ਕਿ ਮੈਂ ਜਿਵੇਂ ਹੀ ਮਾਲ ਰੋਡ ਤੇ ਪਹੁੰਚਿਆ ਤੇ ਮੇਰੇ ਕੋਲ ਆ ਕੇ ਇੱਕ ਰਕਸ਼ਾ ਖਲੋਤਾ ਉਹਦੇ 3 ਸਾਲ ਦਾ ਬੱਚਾ ਉਹਦੀ ਮਾਂ ਤੇ ਉਹਦਾ ਪਿਓ ਬੈਠੇ ਕੋਲ ਖਾ ਰਹੇ ਆਏ ਬੰਦਾ ਬਾਹਰ ਨਿਕਲਿਆ ਤੈਨੂੰ ਜੱਫੀ ਪਾਈ ਤੇਰੀ ਜੇਬ ਕੱਟ ਲਈ ਇਹ ਵੀ ਪੁਰਾਣਾ ਐਕਸਕਿਊਜ਼ ਮੀ ਕੱਢ ਦਿਓ ਮੈਨੂੰ ਇਸ ਬਸਤੀ ਚੋਂ ਕੌਣ ਕੱਢੇਗਾ ਤੈਨੂੰ ਤੂੰ ਕੋਈ ਮੇਰਾ ਸਾਥ ਹੀ ਨਹੀਂ ਦੇ ਰਿਹਾ ਪਾਗਲ ਹੋਇਆ ਤੇਰਾ ਭਰਾ ਇੱਥੇ ਮੌਜੂਦ ਹੈ ਤੂੰ ਕਿਸ ਤਰ੍ਹਾਂ ਜਾ ਸਕਦਾ ਹੈ ਜੀ ਉਹ ਸ਼ਿਆਦਾ ਬੇਵਕੂਫ ਅਦਰਾ ਗਿਣੀ ਆਈ 1 2 3 4 5 6 ਨੇ ਮੇਰੇ ਤੇ ਬੁਰੇ ਨੇ ਅਮਾ ਜੀ ਬਸ ਥੋੜਾ ਜਿਹਾ ਮੈਨੂੰ ਟਾਈਮ ਦੇ ਦੇ ਮੈਂ ਤੁਹਾਡੀ ਪਾਈ ਪਾਈ ਚੁਕਾ ਦੇਗਾ ਓ ਯਾਰ ਗੱਲ ਕਰ ਅਮਾ ਹਾਂਜੀ 20 ਦਿੰਦੇ ਆਪਣੇ ਮੁੰਡਾ ਦਾ ਖੈਰ ਹੈ ਨਹੀਂ ਨਹੀਂ ਅਮਾ ਜੀ ਜੀ ਮੋਤਰਮਾ ਫਿਰਦੌਸ ਆਸ਼ਿਕ ਅਵਾਨ ਸਾਹਿਬਾ ਬੱਚਾ ਹੈਗਾ ਪੂਰੇ 4 ਮਹੀਨੇ ਦੇ ਦੇ ਕੋ ਕਿਰਾਇਆ ਲੈਣਾ ਤੁਸੀਂ ਸਿਰਫ 10 ਦਿਨ ਦੇ ਦਿਓ ਦੇ ਦਿਓ ਨਹੀਂ 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 ਮਿਹਨਤੀ ਹੈਗਾ ਬੇਈਮਾਨ ਨਹੀਂ ਹੈ ਨਹੀਂ ਇਹ ਨਹੀਂ ਹੋ 8 ਦਿਨ ਦੇ ਦਿਓ 6 ਦਿਨ 5 ਦਿਨ 4 ਦਿਨ 2 ਦਿਨ ਕਹਿੰਦਾ ਨਹੀਂ 1 ਦਿਨ ਦੇ ਦਿਓ ਨਹੀਂ ਚੱਲ ਅਮਾ ਜਿੱਦ ਛੱਡ ਦੇ ਦੇ 20 ਮਿੰਟ ਬਗੈਰਤਾ ਚੱਲ ਕੋਈ ਕੰਮ ਵੀ ਇਹੋ ਜਿਹਾ ਕਰੀਏ ਫਿਰ ਲੋਕੀ ਵੀ ਪਾਉਣ ਇਹੋ ਜਿਹਾ ਹਾਰ ਸਾਨੂੰ ਚੱਲ
ਪਹਿਲਵਾਨ ਸ਼ਹਜ਼ਾਦਾ ਸ਼ਹਜ਼ਾਦਾ ਪਹਿਲਵਾਨ ਬੱਬਰ ਸ਼ੇਰ ਬੱਬਰ ਸ਼ੇਰ ਤਵੀਜ਼ ਪਾਇਆ ਹੀ